ਪੰਜਾਬ 'ਚ ਜਿਹੜੇ ਲੀਡਰ ਬੈਠੇ ਕਹਿੰਦੇ ਨੇ ਕਿ ਚਿੱਟੇ ਨੂੰ ਠੱਲ ਪੈ ਗਈ, ਨਸ਼ਾ ਖਤਮ ਕਰ ਦਿੱਤਾ, ਉਹ ਇਹ ਹਾਲ ਦੇਖ ਲੈਣ ਪਰਿਵਾਰਾਂ ਦਾ, ਜਿੱਥੇ ਮਾਵਾਂ ਰੋਂਦੀਆਂ, ਭੈਣਾਂ ਰੋਂਦੀਆਂ, ਰਿਸ਼ਤੇਦਾਰ ਕਰੀਬੀ ਰੋਂਦੇ ਨੇ, ਅਤੇ ਸਾਹਮਣੇ ਤਸਵੀਰਾਂ 'ਚ ਲਾਸ਼ ਪਈ ਹੈ ਇਹਨਾਂ ਦੇ ਜਵਾਨ ਪੁੱਤ ਦੀ। ਮਾਮਲਾ ਫਾਜ਼ਿਲਕਾ ਜ਼ਿਲ੍ਹੇ 'ਚ ਪੈਂਦੇ ਪਿੰਡਾਂ ਨੂਰ ਸ਼ਾਹ ਅਤੇ ਨਵਾਂ ਹਸਤਾ ਦਾ, ਜਿੱਥੇ 24 ਘੰਟਿਆਂ ਦੇ ਅੰਦਰ ਦੋ ਜਵਾਨ ਪੁੱਤ ਉਜੜ ਗਏ ਨਸ਼ੇ ਦੇ ਓਵਰਡੋਜ਼ ਨਾਲ। ਇੱਕ ਦੀ ਉਮਰ ਮਹਿਜ਼ 19 ਸਾਲ ਅਤੇ ਦੂਜੇ ਦੀ 21 ਸਾਲ ਦੀ ਸੀ। ਅਤੇ ਅਜੇ ਆਹ ਸਭ ਦੇਖ ਕੇ ਪੁਲਿਸ ਅਤੇ ਪ੍ਰਸ਼ਾਸਨ ਦੇ ਦਾਅਵੇ ਆਪਾਂ ਸੁਣਦੇ ਹਾਂ ਕਿ ਨਸ਼ਿਆਂ ਨੂੰ ਠੱਲ ਪੈ ਗਈ। ਦੱਸੋ ਕਿਵੇਂ ਯਕੀਨ ਕਰੀਏ? ਹੁਣ ਆਹ ਰੋਂਦੇ ਲੋਕ, ਮਾਵਾਂ ਭੈਣਾਂ ਅਤੇ ਇਲਾਕਾ ਨਿਵਾਸੀ ਝੂਠ ਤਾਂ ਨਹੀਂ ਬੋਲਦੇ। ਉੱਥੇ ਆਸ ਪਾਸ ਦੇ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ 24 ਘੰਟੇ ਅੰਦਰ ਉਹਨਾਂ ਦੇ ਇਲਾਕੇ ਦੇ ਦੋ ਪਿੰਡਾਂ 'ਚ ਦੋ ਨੌਜਵਾਨ ਚਿੱਟੇ ਦੀ ਨਸ਼ੇ ਦੀ ਭੇਟ ਚੜ ਗਏ, ਜਿਨ੍ਹਾਂ ਨੇ ਪੁਲਿਸ ਅਤੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਇਲਾਕੇ 'ਚ ਨਸ਼ਿਆਂ ਨੂੰ ਠੱਲ ਪਾਈ ਜਾਵੇ। ਇੱਥੇ ਨਸ਼ੇ ਦਾ ਬਹੁਤ ਬੋਲਬਾਲਾ ਹੋ ਗਿਆ ਚਿੱਟੇ ਦਾ, ਅਤੇ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰੀ ਰਹਿੰਦੀ ਹੈ। ਲਗਾਤਾਰ 3-4 ਮੌਤਾਂ ਹੋ ਗਈਆਂ ਨੇ। ਕੱਲ੍ਹ ਵੀ ਪਿੰਡ ਨੂਰਸ਼ਾ ਇੱਕ ਸ਼ੀਣਾ ਸਿੰਘ ਦਾ ਲੜਕਾ ਦਿਆਲਾ, ਉਹਦੀ ਮੌਤ ਹੋ ਗਈ ਸੀ ਇਸ ਨਸ਼ੇ ਕਾਰਨ। ਅਤੇ ਅੱਜ ਪਿੰਡ ਨਵਾਂ ਹਸਤੇ ਦੇ ਵਿੱਚ ਹੰਸਾ ਸਿੰਘ ਜੀ, ਉਹਨਾਂ ਦੇ ਸਪੁੱਤਰ ਸੋਨਾ ਸਿੰਘ ਦੀ ਇਸ ਨਸ਼ੇ ਦੇ ਕਾਰਨ ਜਿਹੜੀ ਮੌਤ ਹੋ ਚੁੱਕੀ ਹੈ। ਅਤੇ ਅਸੀਂ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ, ਇਹ ਸਾਰੇ ਪਿੰਡਾਂ ਦੇ ਜਿੰਨੇ ਪੰਚ ਸਰਪੰਚ ਹਨ, ਜਿਹੜੇ ਜਿੰਨੇ ਵੀ ਨਗਰ ਨਿਵਾਸੀ ਹਨ, ਸਾਰੇ ਅਪੀਲ ਬੇਨਤੀ ਕਰਦੇ ਹਾਂ ਕਿ ਇਸ ਨਸ਼ੇ ਨੂੰ ਠੱਲ ਪਾਈ ਜਾਵੇ। ਅੱਜ ਗਵਾਂਢੀ ਦੇ ਘਰ ਨੂੰ ਅੱਗ ਲੱਗੀ, ਇਹ ਕੁਛ ਦਿਨਾਂ ਦੇ ਵਿੱਚ ਸਾਡੇ ਘਰਾਂ ਤੱਕ ਅੱਗ ਪਹੁੰਚ ਸਕਦੀ ਹੈ। ਅਤੇ ਅਗਰ ਇਸ ਨੂੰ ਠੱਲ ਨਹੀਂ ਪਾਈ ਜਾਂਦੀ, ਪੂਰੇ ਏਰੀਏ ਦੇ ਵਿੱਚ ਨੱਥ ਨਹੀਂ ਪਾਈ ਜਾਂਦੀ, ਤਾਂ ਇਹ ਜਾਂ ਹੋਰ ਵੀ ਸਿੱਟੇ ਭਿਆਨਕ ਨਿਕਲ ਸਕਦੇ ਹਨ। ਅਤੇ ਅਸੀਂ ਦੇਖਿਆ ਜੀ, ਇਹ ਜਿਹੜਾ ਚਿੱਟੇ ਦਾ ਕਹਿਰ ਹਰ ਸੂਬੇ ਹਰ ਪੈਰ, ਇਹ ਸਾਡੇ ਇਲਾਕੇ ਨੂੰ ਕੁਣ ਵਾਂਗ ਲੱਗ ਗਿਆ ਜੀ। ਅਤੇ ਅਸੀਂ ਤੁਸੀਂ ਦੇਖ ਲਓ, ਪਿਛਲੇ ਮਹੀਨੇ ਦੇ ਵਿੱਚ ਘੱਟੋ ਘੱਟ ਵੀ ਸਾਡੇ ਸਮੁੱਚੇ ਇਲਾਕੇ ਦੇ ਵਿੱਚ 6-7-9 ਜਣ ਮੁੰਡੇ ਜਿਹੜੇ 20-25 ਸਾਲ ਦੇ ਵਿੱਚ ਆਉਂਦੇ ਸੀ, ਕੱਲ੍ਹ ਇੱਕੇ ਦਿਨ ਹੀ 2 ਲੜਕਿਆਂ ਦੀ ਮੌਤ ਹੋ ਗਈ ਜੀ। ਇੱਕ ਮੁੰਡਾ 22 ਸਾਲ ਦਾ ਔਰ ਇੱਕ 19 ਸਾਲ ਦਾ। ਇੱਕ ਵੱਲੇ ਸ਼ਾਹ ਤਾੜ ਨੂਰਸ਼ਾ ਦੇ ਵਿੱਚ ਕੱਲ੍ਹ ਇੱਕ ਚਿੱਟੇ ਦਾ ਟੀਕਾ ਲਾ ਕੇ, ਟੀਕਾ ਵੇਨ ਤੋਂ ਬਾਹਰ ਲੱਗਣ ਨਾਲ ਉਹਦੀ ਮੌਤ ਹੋ ਗਈ। ਔਰ ਇੱਕ ਇਹ ਬੱਚਾ ਜਿਹੜਾ ਅੱਜ 19 ਸਾਲ ਦਾ ਸੋਨਾ ਸਿੰਘ, ਇਹਨੇ ਵੀ ਟੀਕਾ ਆਊਟ ਲਾਉਣ ਕਾਰਨ ਇਹਦੀ ਮੌਤ ਹੋ ਗਈ। ਅਤੇ ਪੰਜਾਬ ਸਰਕਾਰ ਦੇ ਜਿਹੜੇ ਦਾਅਵੇ ਨੇ ਖੋਖਲੇ ਨੇ, ਵੀ ਸਰਕਾਰ ਕਹਿੰਦੀ ਅਸੀਂ ਨਸ਼ਾ ਬੰਦ ਕਰਾ ਦਿਆਂਗੇ, ਬਿਲਕੁਲ ਖੋਖਲੇ ਨੇ। ਅਤੇ ਅਸੀਂ ਮਾਣਯੋਗ SSP ਸਾਹਿਬ ਅਤੇ DSP ਸਾਹਿਬ ਤੋਂ ਬੇਨਤੀ ਕਰਦੇ ਹਾਂ ਵੀ ਇਹ ਜਿਹੜੀ ਚਿੱਟੇ ਦੀ ਅਲਾਮਤ ਹੈ, ਇਹਨੂੰ ਜਲਦੀ ਖਤਮ ਕੀਤਾ ਜਾਵੇ। ਸੋ ਹੁਣ ਚਾਹੇ ਆ ਫਾਜ਼ਿਲਕਾ ਦਾ ਇਲਾਕਾ ਹੈ, ਚਾਹੇ ਪੰਜਾਬ ਦਾ ਕੋਈ ਹੋਰ ਇਲਾਕਾ, ਥਾਂ ਥਾਂ 'ਤੇ ਲੋਕ ਸਰਕਾਰਾਂ ਨੂੰ ਇਹੀ ਅਪੀਲ ਕਰ ਰਹੇ ਨੇ ਕਿ ਨਸ਼ੇ ਖਤਮ ਕਰੋ ਤਾਂ ਜੋ ਉਹਨਾਂ ਦੇ ਜਵਾਨ ਪੁੱਤ ਮਰਨੋਂ ਬੰਦ ਹੋਣ। ਪਰ ਪੰਜਾਬ ਨੂੰ ਲੱਗਿਆ ਇਹ ਕੋੜ ਚਿੱਟਾ ਨਸ਼ਾ ਹੈ ਕਿ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਜਲਾਲਾਬਾਦ ਤੋਂ ਰਵਿੰਦਰ ਤਨੇਜਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।